ਅੰਮ੍ਰਿਤਸਰ ਵਿੱਚ ਦੁਕਾਨਦਾਰ ਉੱਤੇ ਚਲਾਈਆਂ ਸ਼ਰੇਆਮ ਗੋਲੀਆਂ। ਬੀਤੀ ਰਾਤ ਅੰਮ੍ਰਿਤਸਰ ਦੇ 100 ਫੁੱਟੀ ਰੋਡ ਉੱਤੇ ਸਥਿਤ ਕੁਆਲਿਟੀ ਗਲਾਸ ਹਾਊਸ ਦੇ ਦੁਕਾਨਦਾਰ ਨੂੰ ਗੋਲੀ ਮਾਰ ਕੇ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਰਾਜਵੀਰ ਨਾਮ ਦੇ ਦੁਕਾਨਦਾਰ ਉੱਪਰ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ 4 ਗੋਲੀਆਂ ਚਲਾਈਆਂ ਗਈਆਂ, ਜਿਸ ਵਿੱਚੋਂ 1 ਗੋਲੀ ਉਸਦੇ ਜਾ ਲੱਗੀ, ਜਿਸ ਕਾਰਨ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਉਸ ਨੂੰ ਮੌਕੇ ਉੱਤੇ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਸ ਦੀ ਹਾਲਤ ਹੁਣ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਇਸ ਘਟਨਾ ਸੰਬੰਧੀ ਰਾਜਵੀਰ ਦੇ ਪਰਿਵਾਰਕ ਮੈਂਬਰਾਂ ਅਤੇ ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ। ਅੰਮ੍ਰਿਤਸਰ ਤੋਂ ਅਜੀਤ ਵੈਬ ਟੀਵੀ ਲਈ ਰਾਜੇਸ਼ ਕੁਮਾਰ ਦੀ ਰਿਪੋਰਟ। ਮੇਰਾ ਨਾਮ ਗੁਲਬਾਗ ਸਿੰਘ ਹੈ ਜੀ। ਹਾਂਜੀ ਗੁਲਬਾਗ ਸਿੰਘ ਜੀ, ਕੀ ਹੋਇਆ? ਹਾਂਜੀ, ਔਰ ਇਹ ਰਾਜਵੀਰ ਦਾ ਲੜਕਾ ਹੈ, ਉਹ ਮੇਰੇ ਚਾਚਾ ਜੀ ਦਾ ਬੇਟਾ ਹੈ ਜੀ। ਕੀ ਹੋਇਆ? ਔਰ ਅੱਜ ਕੋਈ 7:45 ਦੇ ਕਰੀਬ ਇਹਦੀ ਦੁਕਾਨ 'ਤੇ ਕੋਈ ਅਣਪਛਾਤੇ ਬੰਦੇ ਆਏ ਨੇ, ਔਰ ਮੋਟਰਸਾਈਕਲ ਤੋਂ ਉਹਨਾਂ ਨੇ ਪਹਿਲਾਂ 2 ਹਵਾਈ ਫਾਇਰ ਕੀਤੇ ਨੇ, ਔਰ ਉਸ ਤੋਂ ਬਾਅਦ ਉਹਨਾਂ ਨੇ 4 ਗੋਲੀਆਂ ਜਿਹੜੀਆਂ ਵਾ ਸਿੱਧੀਆਂ ਚਲਾਈਆਂ। ਔਰ ਇਹ ਲੜਕੇ ਦੀ ਖੁਸ਼ਕਿਸਮਤੀ ਆ, ਗੁਰੂ ਘਰ ਨੂੰ ਮੰਨਣ ਵਾਲਾ, ਇਹਨੇ 2 ਗੋਲੀਆਂ ਜਿਹੜੀਆਂ ਸਿੱਧੀਆਂ ਬਚਾਅ ਹੋਈਆਂ, ਤੀਸਰੀ ਦਾ ਵੀ ਬਚਾਅ ਹੋ ਗਿਆ, ਚੌਥੀ ਇਹਦੇ ਗੋਡੇ 'ਚ ਜਾ ਲੱਗੀ ਆ। ਬਟ ਪਰਮਾਤਮਾ ਦਾ ਬਹੁਤ ਸ਼ੁਕਰ ਹੈ ਕਿ ਲੜਕਾ ਖਤਰੇ ਤੋਂ ਬਾਹਰ ਆ। ਬਟ ਪਤਾ ਨਹੀਂ, ਇਹ ਬਹੁਤ ਹੀ ਸ਼ਰੀਫ ਲੜਕਾ ਵਾ, ਇੱਕ ਫੈਮਿਲੀ ਮੈਨ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਵੀ ਦੁਕਾਨ ਤੋਂ ਘਰ, ਘਰ ਤੋਂ ਦੁਕਾਨ 'ਤੇ, ਕਿਸੇ ਨਾ ਕਿਸੇ ਕਿਸਮ ਦੀ ਕੋਈ ਦੁਸ਼ਮਣੀ ਨਹੀਂ। ਪਤਾ ਨਹੀਂ ਕੌਣ ਅਣਪਛਾਤੇ ਲੜਕੇ ਜਿਹੜੇ ਆ ਉਹ ਆ ਕੇ ਦੁਕਾਨ 'ਤੇ ਗੋਲੀ ਮਾਰ ਗਏ ਨੇ। ਹਫ਼ਤਾ ਪਹਿਲਾਂ ਵੀ ਇਹਦੀ ਦੁਕਾਨ 'ਤੇ ਅਟੈਕ ਹੋਇਆ ਹੈ, ਕਿਰਪਾਨਾਂ ਲੈ ਕੇ 15-20 ਮੁੰਡੇ ਆਏ ਨੇ, ਜਿਹਦੀ CCTV ਫੁਟੇਜ ਔਰ ਦਰਖਾਸਤ ਥਾਣੇ ਬੀ ਡਿਵੀਜ਼ਨ ਦੇ ਵਿੱਚ SHO ਸਾਹਿਬ ਨੂੰ ਦਿੱਤੀ ਗਈ ਆ, ਔਰ ਸਿਵਲ ਹੋਸਪਿਟਲ ਦੇ ਵਿੱਚ ਅਸੀਂ MRR ਕਟਾਈ ਆ। ਪਰਸੋਂ ਵੀ ਥਾਣੇ ਗਏ ਆ ਕਿ ਸਰ ਉਹਦਾ ਕੁਛ ਕੀਤਾ ਕਿ ਨਹੀਂ ਕੀਤਾ, ਬਟ ਪੁਲਿਸ ਨੇ ਹਫ਼ਤਾ ਹੋ ਗਿਆ ਉਸ 'ਚ ਦੀ ਕੋਈ ਕਾਰਵਾਈ ਨਹੀਂ। ਕੋਈ ਦੁਸ਼ਮਣੀ ਕਿਸੇ ਦੇ ਨਾਲ ਨਹੀਂ? ਦੁਸ਼ਮਣੀ ਕੋਈ ਨਹੀਂ, ਦੁਸ਼ਮਣੀ ਕਿਸੇ ਕਿਸਮ ਦੀ ਕੋਈ ਨਹੀਂ। ਦੁਕਾਨਦਾਰ ਬੰਦਾ ਜੀ ਉਸ ਜਾਂਦਾ ਹੈ ਸਵੇਰੇ, ਸ਼ਾਮ ਨੂੰ ਆਪਣੀ ਦੁਕਾਨ ਬੰਦ ਕਰਕੇ ਘਰੇ ਜਾ ਰਿਹਾ ਸੀਗਾ, ਸ਼ਟਰ ਬੰਦ ਕਰ ਰਿਹਾ ਅਤੇ ਉਸ ਵੇਲੇ ਅਟੈਕ ਕਰ ਰਹੀ ਹੈ ਜੀ। ਦੇਖੋ, ਇੰਨੇ ਅਣਪਛਾਤੇ ਲੜਕੇ, ਮੂੰਹ 'ਤੇ ਕੋਈ ਰੁਮਾਲ ਬੰਨੇ ਨੇ। ਕੋਈ ਪੈਸੇ ਮੰਗੇ ਹੋਣ? ਨਾ ਜੀ ਨਾ, ਪੈਸੇ ਤਾਂ ਕੋਈ ਇਹੋ ਜਿਹਾ ਕੋਈ ਲੈਣ ਦੇਣ ਨਹੀਂ। ਵਪਾਰੀ ਬੰਦਾ ਜੀ ਦੱਸੋ, ਸਵੇਰੇ ਉਹਨੇ ਜਾ ਕੇ ਰਮਾਨ ਰਾਤ ਨੂੰ ਘਰ ਆ ਰਿਹਾ ਆਪਣੇ, ਇਹੋ ਜਿਹੀ ਕੋਈ ਗੱਲ ਨਹੀਂ ਜੀ। ਅਤੇ 2 ਬੰਦੇ ਜਿਹੜੇ ਮੋਟਰਸਾਈਕਲ 'ਤੇ ਆਏ ਨੇ, ਜਿਨ੍ਹਾਂ ਨੇ ਦੁਕਾਨ ਲੜਕਾ ਬੰਦ ਕਰ ਰਿਹਾ ਸੀਗਾ ਅਤੇ ਇਸ ਦੇ ਉੱਤੇ ਫਾਇਰਿੰਗ ਕੀਤੀ ਹੈ। ਜੋ ਅਸੀਂ ਇੱਥੇ ਆਏ ਹਾਂ, ਪਤਾ ਲੱਗਾ ਵੀ ਇਹਨਾਂ 6-7 ਦਿਨ ਪਹਿਲਾਂ ਵੀ ਇਸ ਦੀ ਦੁਕਾਨ 'ਤੇ ਕੋਈ ਹਮਲਾ ਹੋਇਆ ਸੀਗਾ, ਅਤੇ ਉਸ ਦੇ ਬਾਰੇ ਜਿਹੜਾ ਇਹਨਾਂ ਨੇ CCTV ਦੀ ਫੁਟੇਜ ਆ ਜੋ ਸਾਨੂੰ ਅੱਜ 1 ਮਿਲੀ ਹੈ, ਉਹ ਵੀ ਇਹਨਾਂ ਨੇ ਦਿੱਤੀ ਹੈ। ਅਤੇ ਹੁਣ ਵੀ ਜਿਹੜਾ ਅਸੀਂ ਜਿਹੜੀ ਇਸ ਦੀ CCTV ਫੁਟੇਜ ਵਗੈਰਾ ਲੈ ਕੇ ਕਾਰਵਾਈ ਕਰ ਰਹੇ ਹਾਂ, ਅਤੇ ਸਾਡੀ ਸਾਰੀਆਂ ਜਿਹੜੀਆਂ ਟੀਮਾਂ ਨੇ ਉਹ ਇਸ 'ਤੇ ਲੱਗੀਆਂ, ਔਰ ਅਸੀਂ ਜਲਦੀ ਤੋਂ ਜਲਦੀ ਇਹਨੂੰ ਫੜ ਲਾਂਗੇ। ਸਰ, ਕਾਰਨ ਕੀ ਰਿਹਾ? ਕੋਈ ਫਰੌਤੀ ਵੀ ਮੰਗੀ ਗਈ? ਨਹੀਂ ਨਹੀਂ, ਇਹਦੇ ਬਾਰੇ ਹਜੇ ਕੋਈ ਕਲੀਅਰ ਨਹੀਂ ਹੋਇਆ। ਅਜੇ ਅਸੀਂ ਇਸ 'ਤੇ ਬਿਆਨ ਲੈ ਰਹੇ ਹਾਂ, ਜਿਸ ਤਰੀਕੇ ਨਾਲ ਵੀ ਜਿਹੜਾ ਲੜਕਾ ਬਿਆਨ ਦੇਗਾ ਅਸੀਂ ਕੇਸ ਰਜਿਸਟਰ ਕਰਾਂਗੇ। ਇਸ ਵੇਲੇ ਜਿਹੜੇ ਡਾਕਟਰ ਤੋਂ ਮੈਂ ਖੁਦ ਉਹਨਾਂ ਨੂੰ ਵੀ ਮਿਲ ਕੇ ਆਇਆ, ਲੜਕੇ ਨੂੰ ਵੀ ਮਿਲ ਕੇ ਆਇਆ, ਉਹਦੇ ਗੋਡੇ 'ਤੇ 1 ਗੋਲੀ ਲੱਗੀ ਹੈ, ਔਰ ਬਿਲਕੁਲ ਉਹਨੂੰ ਕੋਈ ਖਤਰਾ ਹੈ ਨਹੀਂਗਾ। ਉਸ ਤੋਂ ਬਾਅਦ ਡਾਕਟਰ ਸਾਹਿਬ ਜਦੋਂ ਆਪਦੀ ਫਸਟ ਏਡ ਵਗੈਰਾ ਸਾਰੀ ਕਰ ਲੈਣਗੇ, ਫਿਰ ਅਸੀਂ ਇਹਨਾਂ ਦੇ ਬਿਆਨ ਲਿਖ ਕੇ ਕੇਸ ਰਜਿਸਟਰ ਕਰਾਂਗੇ। ਕਿੰਨੀਆਂ ਫਾਇਰ ਕੀਤੇ ਉਹਨਾਂ ਨੇ? ਇਹਨਾਂ ਦੇ ਦੱਸਣ ਦੇ ਮੁਤਾਬਕ 2 ਫਾਇਰ ਉਹਨਾਂ ਨੇ ਦੁਕਾਨ 'ਤੇ ਕੀਤੇ, 2 ਜਾਨ ਲੱਗਿਆ ਕੀਤੇ, ਬਾਕੀ ਅਸੀਂ ਮੌਕੇ ਤੋਂ ਸਾਰਾ ਵੈਰੀਫਾਈ ਕਰ ਲਿਆ। ਸਰ, ਪਹਿਲਾਂ ਵੀ ਜਦੋਂ ਹੋਇਆ ਸੀ ਉਸ ਤੋਂ ਬਾਅਦ ਕੋਈ ਕਾਰਵਾਈ ਨਹੀਂ ਸੀ? ਜਦੋਂ ਪਹਿਲਾਂ ਟੈਸਟ ਪਹਿਲਾਂ ਜਿਹੜਾ ਇਹਨਾਂ ਨੇ ਜਿਹੜੀ ਉਹ MLR ਇਹਨਾਂ ਨੇ ਹੋਸਪਿਟਲ ਤੋਂ ਕਟਵਾਈ ਹੈ, ਉਸ ਦੀ ਇੱਕ ਅਜੇ ਰਿਪੋਰਟ ਨਹੀਂ ਸੀ ਆਈ, ਔਰ ਜਿਹੜਾ CCTV ਫੁਟੇਜ ਹੈ ਉਹ ਅੱਜ ਸਾਨੂੰ ਇਹਨਾਂ ਨੇ ਸਾਰੀ ਡਿਟੇਲ ਦਿੱਤੀ ਹੈ, ਉਸ ਦੀ ਵੀ ਅਸੀਂ ਜਿਹੜੀ ਆ ਕਾਰਵਾਈ ਕਰਾਂਗੇ। ਉਹ MLR ਦੀ ਰਿਪੋਰਟ ਮੁਤਾਬਕ ਜੋ ਸੱਟਾਂ ਮਿਲੀਆਂ ਉਸ ਦੀ ਕਾਰਵਾਈ। ਕੋਈ ਗੈਂਗਸਟਰਾਂ ਦੀ ਸ਼ਮੂਲੀਅਤ ਨਹੀਂ ਮਿਲਦੀ ਹੈ? ਨਹੀਂ, ਉਹ ਤਾਂ ਜੋ ਜਿਸ ਤਰੀਕੇ ਨਾਲ ਦੱਸਣਗੇ ਅਸੀਂ ਉਸ ਤਰ੍ਹਾਂ ਕਾਰਵਾਈ ਕਰਾਂਗੇ। ਅਗਰ ਗੈਂਗਸਟਰ ਵੀ ਹੋਏ ਉਹਨਾਂ ਨੂੰ ਵੀ ਨਜਿੱਠਾਂਗੇ। ਠੀਕ ਹੈ।